ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਤੁਹਾਡੇ ਨਾਲ ਰਮਨ ਬਾਜਵਾ ਖਬਰਾਂ ਦੇ ਵਿਸਥਾਰ ਤੋਂ ਪਹਿਲੇ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦੇ 24 ਘੰਟਿਆਂ ਬਾਅਦ ਚੋਣ ਕਮਿਸ਼ਨ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਦਿੱਲੀ ਵਿੱਚ ਕੁੱਲ 62.59% ਵੋਟਰਾਂ ਨੇ ਪਾਈ ਵੋਟ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਭਗਤ ਰਵਿਦਾਸ ਜੀ ਦਾ 643ਵਾਂ ਪ੍ਰਕਾਸ਼ ਦਿਹਾੜਾ ਦਰਬਾਰ ਸਾਹਿਬ ਵਿੱਚ ਵੀ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਬਿਆਨ ਕਿਹਾ ਲੰਘੀ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਵਿਰੋਧੀ ਸਮਝੌਤੇ ਕਰਕੇ ਲਗਾਏ ਗਏ ਥਰਮਲਾਂ ਚੋਂ ਨਿਕਲਦੀ ਮਨੁੱਖਤਾ ਮਾਰੂ ਰਾਖ ਦੇ ਮੁੱਦੇ ਦਾ ਕੀਤਾ ਜਾਵੇਗਾ ਨਿਪਟਾਰਾ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਦਿੱਲੀ ਤੋਂ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦੇ 24 ਘੰਟਿਆਂ ਬਾਅਦ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਵੋਟ ਪ੍ਰਤੀਸ਼ਤਤਾ ਜ਼ਾਹਿਰ ਕੀਤੀ ਹੈ ਚੋਣ ਕਮਿਸ਼ਨ ਮੁਤਾਬਕ ਦਿੱਲੀ ਵਿੱਚ ਕੁੱਲ 62.59% ਵੋਟਾਂ ਨੇ ਵੋਟ ਪਾਈ ਹੈ ਚੋਣ ਕਮਿਸ਼ਨ ਨੇ ਦੱਸਿਆ ਕਿ ਹਰ ਬੂਥ ਤੋਂ ਵੋਟਿੰਗ ਦੇ ਵੇਰਵੇ ਇਕੱਠੇ ਕੀਤੇ ਜਾਣ ਤੋਂ ਬਾਅਦ ਅੰਤਿਮ ਅੰਕੜੇ ਜ਼ਾਹਿਰ ਕੀਤੇ ਗਏ ਨੇ ਉਹਨਾਂ ਕਿਹਾ ਕਿ ਬਲੀ ਮਰਾਨ ਵਿਧਾਨ ਸਭਾ ਹਲਕੇ 'ਚ 71.6% ਵੋਟਿੰਗ ਦਰਜ ਕੀਤੀ ਗਈ ਹੈ ਦਿੱਲੀ ਕੈਂਟ ਹਲਕੇ ਦੀ ਅਗਰ ਗੱਲ ਕੀਤੀ ਜਾਏ ਤਾਂ ਸਭ ਤੋਂ ਘੱਟ 45.4% ਵੋਟਿੰਗ ਦਰਜ ਕੀਤੀ ਗਈ ਹੈ ਓਖਲਾ ਵਿਧਾਨ ਸਭਾ ਹਲਕੇ ਵਿੱਚ 58.84% ਅਤੇ ਸੀਲਮਪੁਰ ਵਿੱਚ 71.22% ਵੋਟਿੰਗ ਦਰਜ ਹੋਈ ਹੈ ਇੰਝ ਲੱਗਦਾ ਹੈ ਜਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ ਸੰਸਦ ਮੈਂਬਰ ਮਹਾਰਾਣੀ ਪਨੀਤ ਕੌਰ ਨੇ ਕਿਹਾ ਕਿ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਪਨੀਤ ਕੌਰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਰਵਿਦਾਸ ਕਲੋਨੀ ਵਿਖੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ ਇਸ ਮੌਕੇ ਉਨ੍ਹਾਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੱਤੀ ਆਉਂਦੀਆਂ ਮੈਂ ਇਸ ਗੁਰਦੁਆਰੇ 'ਚ ਔਰ ਅੱਜ 643ਵਾਂ ਅਤੇ ਲੱਖ ਲੱਖ ਵਧਾਈ ਸਾਰਿਆਂ ਨੂੰ ਕਾਂਗਰਸ ਦਾ ਤਾਂ ਇੰਨਾ ਹੈ ਨਹੀਂ ਕੁਛ ਉੱਥੇ ਜਿਸ ਤਰ੍ਹਾਂ ਐਗਜ਼ਿਟ ਪੋਲ 'ਚ ਵੀ ਦੱਸ ਰਹੇ ਨੇ ਲੱਗਦਾ ਕਿ ਆਮ ਆਦਮੀ ਆਊ ਅੱਗੇ ਵਧਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਕਿਹਾ ਕਿ ਦਿੱਲੀ ਵਿੱਚ ਐਗਜ਼ਿਟ ਪੋਲ ਗਲਤ ਸਾਬਿਤ ਹੋਣਗੇ ਤੇ ਬੀਜੇਪੀ ਚੰਗੀ ਸਥਿਤੀ ਵਿੱਚ ਰਹੇਗੀ ਇਹ ਤਾਂ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਕੋਟਮ ਸ਼ੀਰ ਪੁੱਜੇ ਸਨ ਜਿੱਥੇ ਉਹਨਾਂ ਅਕਾਲੀ ਆਗੂ ਹਰਨੇਕ ਸਿੰਘ ਦੀ 13ਵੀਂ ਬਰਸੀ ਮੌਕੇ ਕਰਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਹਾਲੇ ਕਿਉਂਕਿ ਜਿਹੜੇ ਐਗਜ਼ਿਟ ਪੋਲ ਕਈ ਵਾਰ ਫੇਲ ਹੋ ਗਏ ਆ ਪਿਛਲੀ ਵਾਰ ਵੀ ਪਾਰਲੀਮੈਂਟ 'ਚ ਵੀ ਬੜੇ ਫੇਲ ਹੋਏ ਆ ਸਾਰੇ ਫੇਲ ਹੋਏ ਆ ਸੋ ਹਾਲੇ ਦੋ ਦਿਨ ਉਡੀਕ ਕੇ ਦੇਖਦੇ ਕੀ ਹੁੰਦਾ ਕੈਪਟਨ ਦੇ ਵਾਅਦਿਆਂ ਬਾਰੇ ਕੀ ਕਰੀਏ ਜਿਹੜੇ ਝੂਠੀ ਸਹੁੰ ਖਾ ਕੇ ਮੁੱਕਰ ਜੇ ਉਹਦਾ ਇੰਟਰਸਟਿਡ ਵੀ ਨਹੀਂ ਆ ਉਹਨੂੰ ਉਹਨੇ ਆਪਣਾ ਜਲੂਸ ਕੱਢ ਲਿਆ ਕੈਪਟਨ ਨੇ ਹੁਣ ਕੋਈ ਉਹਦੀ ਕੋਈ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰ ਉਹ ਕੈਂਸਲ ਕਰ ਦੇ ਨੂੰ ਵਾਈ ਕੰਟ ਦੇ ਕੈਂਸਲ ਇਫ ਥਿੰਕ ਦੇ ਆਰ ਰੋਂਗ ਐਨੀਥਿੰਗ ਕੈਨ ਬੀ ਕੰਸਿਡਰਡ ਇਫ ਦੇ ਥਿੰਕ ਦੇ ਰੋਂਗ ਦਿਸ ਅਗਰੀਮੈਂਟ ਵਾਸ ਡਰਾਫਟਡ ਬਾਈ ਡਾਕਟਰ ਮਨਮੋਹਨ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਪੰਜਾਬ ਵਿਰੋਧੀ ਸਮਝੌਤੇ ਕਰਕੇ ਲਗਾਏ ਗਏ ਥਰਮਲਾਂ ਵਿੱਚ ਨਿਕਲਦੀ ਮਨੁੱਖਤਾ ਮਾਰੂ ਰਾਖ ਦੇ ਮੁੱਦੇ ਨੂੰ ਪੰਜਾਬ ਸਰਕਾਰ ਅੰਜਾਮ ਤੱਕ ਪਹੁੰਚਾਏਗੀ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿੱਚ ਥਰਮਲ ਪਲਾਂਟ ਬਣਾ ਵਾਲੀ ਦੀ ਰਾਖ ਤੋਂ ਦੁਖੀ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਪੁੱਜੇ ਸਨ ਇਸ ਮੌਕੇ ਲੋਕਾਂ ਨੇ ਵਿਸਥਾਰ ਨਾਲ ਥਰਮਲ ਦੇ ਪ੍ਰਦੂਸ਼ਣ ਤੋਂ ਉਹਨਾਂ ਦੀ ਸਿਹਤ ਅਤੇ ਫਸਲਾਂ ਤੇ ਪੈ ਰਹੇ ਮਾੜੇ ਅਸਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਰਮਲ ਦਾ ਪ੍ਰਦੂਸ਼ਣ ਇਲਾਕੇ ਦੇ ਵਾਤਾਵਰਣ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਪਲੀਤ ਕਰ ਰਿਹਾ ਹੈ ਪੀੜਤਾਂ ਨੇ ਦੱਸਿਆ ਕਿ ਇਲਾਕੇ ਦੇ ਲੋਕ ਗੰਭੀਰ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਜਾਖੜ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਅਜਿਹੇ ਸਮਝੌਤੇ ਕਰਕੇ ਗਈ ਹੈ
ਤੇ ਉਸਨੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਦਾਅ ਤਿਲ ਕਰਤਾ। ਜੋ ਲੱਗੇ ਹੈ ਜਿੱਥੇ ਮਹਿੰਗੀ ਬਿਜਲੀ ਦੇ ਕਰੰਟ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹੈ, ਉੱਥੇ ਸਵਾਹ ਸਿੱਟ ਕੇ ਗੈਸ ਦੇ ਨਾਲ ਲੋਕਾਂ ਨੂੰ ਕੈਂਸਰ, ਦਮੇ ਦੀ ਬਿਮਾਰੀ, ਸਕਿਨ ਦੀ ਇਨਫੈਕਸ਼ਨ ਅਤੇ ਹਰੇਕ ਕਿਸਮ ਦੀ ਇੱਥੇ ਜਿਹੜੀ ਪ੍ਰੋਬਲਮਸ ਆ ਰਹੀਆਂ ਇਸ ਇਲਾਕੇ ਦੇ ਵਿੱਚ, ਅਤੇ ਪਸ਼ੂਆਂ ਨੂੰ ਜਿਹੜਾ ਰਾਖ ਡਿੱਗ ਰਹੀ ਹੈ ਨੀਰੀ, ਉਹਨਾਂ ਦੇ ਨਾਲ ਪੱਠੇ ਆ ਜੋ ਵੀ ਇੱਥੇ ਨੀਰਾ ਬੀਜਦੇ ਹੈ ਉਹਦੇ ਉੱਤੇ ਸਾਰੇ ਦਾ ਸਾਰਾ ਫੂਡ ਚੇਨ ਹੈ ਉਹਦੇ ਨਾਲ ਪ੍ਰਭਾਵਿਤ ਹੈ। ਉਹ ਹੀ ਦੁੱਧ ਜਿਹੜੇ ਹੈ ਬਾਅਦ 'ਚ ਵੇਚਦੇ ਹੈ, ਲੋਕ ਘਰਾਂ 'ਚ ਪੀਂਦੇ ਹੈ, ਉਹ ਹੀ ਜਿਹੜਾ ਸਲਫਰ ਅਤੇ ਸਲਫਰ ਡਾਈਆਕਸਾਈਡ ਦੇ ਨਾਲ ਜਿਹੜੇ ਇਹਨਾਂ ਦੇ ਕੈਮੀਕਲਸ ਹੈ ਉਹਦੇ ਨਾਲ ਸਾਡੇ ਪੂਰੇ ਪੰਜਾਬ ਦੀ ਜਿੱਥੇ ਸਿਹਤ ਨੂੰ ਲੋਕਾਂ ਦੀ ਸਿਹਤ, ਉੱਥੇ ਸਾਡੇ ਪੰਜਾਬ ਦੀ ਮਾਲੀ ਹਾਲਤ ਦੇ ਉੱਤੇ ਇਹ ਇੱਕ ਘੋੜ ਦੇ ਨੁਮਾ ਸੁਗਾਤ ਸੁਖਬੀਰ ਬਾਦਲ ਛੱਡ ਕੇ ਗਏ ਹੈ। ਆਹ ਮੈਂ ਕੈਪਟਨ ਸਾਹਿਬ ਨੂੰ ਜਾ ਕੇ ਦੱਸੂੰਗਾ। ਅਤੇ ਅੱਜ ਜਦੋਂ ਸਾਡੇ ਕੋਲ ਨੈਸ਼ਨਲ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦਾ ਉੱਥੋਂ ਜਿਹੜਾ ਆਇਆ ਹੈ ਸੁਨੇਹਾ, ਉਹਦੇ ਤੌਰ 'ਤੇ ਇਹਨਾਂ ਦੇ ਉੱਤੇ ਹੁਣ ਇਹਨਾਂ 'ਤੇ ਨਕੇਲ ਕਸੀ ਜਾ ਸਕਦੀ ਹੈ। ਜਦੋਂ ਤਾਂ ਹੀ ਇਹ ਇੱਥੇ ਆਪਣੀ ਉਹ ਫਿਊਲ ਗੈਸ ਡੀਸਲਫਰਾਈਜੇਸ਼ਨ ਯੂਨਿਟਸ ਨਾ ਲਾਉਣ, 2 ਸਾਲ ਹੈ ਬੰਦ ਰਹਿਣ, ਉਸ ਬੰਦ ਰਹਿਣ ਦੇ ਵਿੱਚ ਜਿਹੜੇ ਇਹਨਾਂ ਨੂੰ 2300 ਕਰੋੜ ਰੁਪਇਆ ਸਾਲਾਨਾ ਦੇਣਾ ਪੈਂਦਾ ਸਾਨੂੰ, ਉਹ ਸਾਡੇ ਬਚਣਗੇ। ਕੋਇਲਾ ਜਿਹੜਾ ਜਿਹਦੇ ਉੱਤੇ ਕੋਇਲੇ ਦੀ ਖਰਚਾ ਜਿਹੜੇ ਉਹਦੇ ਉੱਤੇ ਵਾਸ਼ਿੰਗ ਦੇ ਚਾਰਜਿਸ 500 ਕਰੋੜ ਰੁਪਇਆ ਸਾਲਾਨਾ ਇਹਨਾਂ ਨੇ ਲੈਣੇ, ਉਹ ਬਚਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲਮ ਸ਼ੂਟਰ 'ਤੇ ਪਾਬੰਦੀ ਲਗਾ ਦਿੱਤੀ ਹੈ। ਫਿਲਮ ਖਤਰਨਾਕ ਗੈਂਗਸਟਰ ਸੁੱਖਾ ਕਾਲਵਾਂ ਦੇ ਜੀਵਨ 'ਤੇ ਉਸ ਵੱਲੋਂ ਕਿਤੇ ਅਪਰਾਧਾਂ ਦੇ ਆਧਾਰਿਤ ਹੈ। ਸਰਕਾਰੀ ਪ੍ਰੈਸ ਨੋਟ ਵਿੱਚ ਦੱਸਿਆ ਜਾ ਰਿਹਾ ਕਿ ਇਹ ਫਿਲਮ ਕਥਿਤ ਤੌਰ 'ਤੇ ਹਿੰਸਾ, ਘਿਨੌਣੇ ਅਪਰਾਧਾਂ, ਫਿਰੌਤੀਆਂ ਵਸੂਲਣ, ਧਮਕੀਆਂ ਦੇਣ ਅਤੇ ਲੋਕਾਂ ਨੂੰ ਐਵੇਂ ਡਰਾਉਣ ਧਮਕਾਉਣ ਨੂੰ ਹੱਲਾਸ਼ੇਰੀ ਦਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਅਜਿਹੀ ਕੋਈ ਵੀ ਫਿਲਮ, ਗੀਤ ਆਦਿ ਨਹੀਂ ਚੱਲਣ ਦੇਗੀ ਜੋ ਸੂਬੇ ਵਿੱਚ ਹਿੰਸਾ, ਗੈਂਗਸਟਰ ਕੁਨਾਈ ਜਾਂ ਅਪਰਾਧ ਨੂੰ ਹੱਲਾਸ਼ੇਰੀ ਦਿੰਦੀ ਹੋਵੇ। ਸੁਖਬੀਰ ਬਾਦਲ ਤੋਂ ਬਾਅਦ ਹੁਣ ਢੀਂਡਸਾ ਪਰਿਵਾਰ ਵੱਲੋਂ 23 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦਾ ਰਿਕਾਰਡ ਤੋੜ ਇਕੱਠ ਕਰਕੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ। ਇਸ ਵਿੱਚ ਬਾਦਲ ਧੜੇ ਤੋਂ ਟੁੱਟ ਚੁੱਕੇ ਨੇਤਾ ਸ਼ਾਮਿਲ ਹੋਣਗੇ। ਇਸ ਰੈਲੀ ਨੂੰ ਲੈ ਕੇ ਢੀਂਡਸਾ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਦੁਆਰਾ ਹਰ ਛੋਟੇ ਵੱਡੇ ਪਿੰਡ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜੋ ਆਪਣੀਆਂ ਨੀਤੀਆਂ, ਪਾਰਟੀ ਦੇ ਸਿਧਾਂਤਾਂ ਅਤੇ ਆਪਣੀ ਵਿਚਾਰਧਾਰਾ ਤੋਂ ਟੁੱਟ ਚੁੱਕੀ ਹੈ ਉਸ ਨੂੰ ਦੁਬਾਰਾ ਆਪਣੇ ਸਿਧਾਂਤਾਂ 'ਤੇ ਲਿਆਉਣ ਦਾ ਯਤਨ ਕੀਤਾ ਜਾਏਗਾ। ਤੇਈ ਤਰੀਕ ਨੂੰ ਰੈਲੀ ਹੋ ਰਹੀ ਹੈ, ਉਸ ਸੰਗਰੂਰ ਜ਼ਿਲ੍ਹੇ ਦੀ ਅਸੀਂ ਰੈਲੀ ਰੱਖੀ ਹੈ ਅਤੇ ਉਹਦਾ ਮੁੱਖ ਮਕਸਦ ਇਹ ਹੈ ਵੀ ਜੋ ਸ਼੍ਰੋਮਣੀ ਅਕਾਲੀ ਦਲ ਪਿਛਲੇ ਸਮੇਂ ਦੇ ਵਿੱਚ ਆਪਦੀਆਂ ਨੀਤੀਆਂ ਤੋਂ ਅਤੇ ਆਪਦੇ ਵਿਚਾਰਧਾਰਕ ਅਤੇ ਸਿਧਾਂਤਾਂ ਤੋਂ ਜੋ ਥਿੜਕਿਆ ਉਸ 'ਤੇ ਦੁਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣ ਲਈ ਯਤਨ ਕਰਨਾ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਇਹ ਸਾਰੀ ਰੈਲੀ ਕੀਤੀ ਜਾ ਰਹੀ ਹੈ ਅਤੇ ਅੱਜ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਬਜ ਨੇ, ਜਿਨ੍ਹਾਂ ਦੀਆਂ ਨੀਤੀਆਂ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜੋ ਭਾਵਨਾ ਲੋਕਾਂ ਦੀਆਂ ਨੇ ਉਹ ਉਹਨਾਂ ਰੈਲੀ ਦੇ ਵਿੱਚ ਸਾਹਮਣੇ ਆਉਣਗੀਆਂ। ਮਲੇਰਕੋਟਲਾ ਤੋਂ ਪਟਿਆਲਾ ਨੂੰ ਜਾਣ ਵਾਲੀ ਟੋਲ ਰੋਡ ਜੋ ਪਹਿਲਾਂ ਸੁਪਰੀਮ ਕੰਪਨੀ ਦੇ ਕੋਲ ਸੀ ਦੀ ਬੈਂਕ ਗਰੰਟੀ ਨੂੰ ਖਤਮ ਕਰਕੇ ਸਰਕਾਰ ਨੇ ਜ਼ਬਤ ਕਰ ਲਿਆ। ਇਸ ਟੋਲ ਪਲਾਜ਼ਾ ਦੀ ਸਹੂਲਤ ਜੋ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਉਸਦੀ ਤਸਵੀਰ ਸਰਕਾਰ ਵੱਲੋਂ ਬਣਾਈ ਗਈ ਹੈ, ਜਿਸ ਦਾ ਜੋ ਵੀ ਖਰਚਾ ਆਏਗਾ ਉਹ ਸਰਕਾਰ ਵੱਲੋਂ ਅਦਾ ਕੀਤਾ ਜਾਏਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਦੌਰਾਨ ਦਿੱਤੀ। ਜ਼ਿਕਰ ਖਾਸ ਹੈ ਕਿ ਵਿਜੇਂਦਰ ਸਿੰਗਲਾ ਅਹਿਮਦਗੜ੍ਹ ਦੇ ਪਿੰਡ ਬੰਡੂਦੀ ਵਿਖੇ ਹੋ ਰਹੇ ਖੇਡਾਂ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ। ਕਿ ਜਿਹੜੀ ਪਟਿਆਲਾ ਨਾਭਾ ਮਲੇਰਕੋਟਲਾ ਸੁਪਰੀਮ ਇੰਡਸਟਰੀ ਕੋਲ ਇਹ ਜਿਹੜਾ ਕੰਟਰੈਕਟ ਸੀਗਾ ਟੋਲ ਦਾ ਉਹਨਾਂ ਕੋਲ ਸੀਗਾ ਅਤੇ ਉਹਨਾਂ ਨੇ ਰੀਲਿੰਗ ਨਹੀਂ ਕੀਤੀ, ਇਸੇ ਕਰਕੇ ਉਹਨਾਂ ਦਾ ਟੋਲ ਪਲਾਜ਼ਾ ਟੋਲ ਦਾ ਜਿਹੜਾ ਕੰਟਰੈਕਟ ਹੈ ਉਹਨੂੰ ਖਤਮ ਕਰਕੇ ਜਿਹੜੀ ਬੈਂਕ ਗਰੰਟੀ ਸੀ ਉਹ ਸਰਕਾਰ ਨੇ ਜ਼ਬਤ ਕਰ ਲਈ ਅਤੇ ਇਹ ਵਾਲਾ ਜਿਹੜਾ ਟੋਲ ਪਲਾਜ਼ਾ ਇਹ ਸਰਕਾਰ ਨੇ ਆਪਣੇ ਹੱਥ ਦੇ ਵਿੱਚ ਪਿਛਲੇ ਮਹੀਨੇ ਹੀ ਲਿੱਤਾ ਅਤੇ ਅਸੀਂ ਇਸ ਟੋਲ ਪਲਾਜ਼ਾ ਦੇ ਤਹਿਤ ਜੋ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਉਹਦੀ ਤਜਵੀਜ਼ ਬਣਾਈ ਹੈ। ਜੋ ਪੈਸਾ ਇਸ ਦੇ ਉੱਪਰ ਖਰਚ ਹੋਣਾ ਉਹ ਸਰਕਾਰ ਆਪਣੇ ਕੋਲੋਂ ਕਲੂਗੀ ਤਾਂ ਕਿ ਜਿਹੜੀ ਸੁਪਰੀਮ ਕੰਪਨੀ ਸੀ ਉਹਦੇ ਕੰਟਰੈਕਟ ਨੂੰ ਇਸੇ ਕਰਕੇ ਟਰਮੀਨੇਟ ਕੀਤਾ ਕਿਉਂਕਿ ਜਿਹੜੀ ਉਹਨਾਂ ਨੇ ਰੀਲਿੰਗ ਕਰਨੀ ਸੀ ਹਰ 5 ਸਾਲ ਬਾਅਦ ਜਾਂ 6 ਸਾਲ ਬਾਅਦ ਉਹ ਜੋ ਉਹਨਾਂ ਦੇ ਕੰਟਰੈਕਟ ਦੀ ਕੰਡੀਸ਼ਨ ਸੀ ਉਹ ਉਹਨਾਂ ਨੇ ਪੂਰੀ ਨਹੀਂ ਕੀਤੀ ਔਰ ਇਸੇ ਕਰਕੇ ਉਹਨਾਂ ਦੀ ਜਿਹੜੀ 2.5 ਕਰੋੜ ਦੀ ਜਿਹੜਾ ਪੈਸਾ ਬੈਂਕ ਗਰੰਟੀ ਦੇ ਬਤੌਰ ਸਰਕਾਰ ਕੋਲ ਜਮ੍ਹਾਂ ਸੀ ਅਸੀਂ ਉਸ ਨੂੰ ਵੀ ਜ਼ਬਤ ਕਰ ਲਿਆ ਔਰ ਇਸ ਟੋਲ ਪਲਾਜ਼ਾ ਨੂੰ ਹੁਣ ਸਰਕਾਰ ਆਪਣੇ ਕੋਲੋਂ ਚਲਾਊਗੀ ਅਤੇ ਸਰਕਾਰ ਦੀ ਹੁਣ ਆਉਣ ਵਾਲੇ ਸਮੇਂ 'ਚ ਜ਼ਿੰਮੇਵਾਰੀ ਹੋਊਗੀ ਇਸ ਸੜਕ ਦੇ ਉੱਪਰ ਲੋਕਾਂ ਨੂੰ ਰਾਹਤ।
जिथे देशों विदेशों में संगतों वालों भगत रविदास जी का 643वां प्रकाश दिहाड़ा बड़ी श्रद्धा भावना में मनाया गया, उथे ही श्रोमणी गुरुद्वारा प्रबंधक कमेटी श्री दरबार साहिब वालों भी भगत रविदास जी का प्रकाश दिहाड़ा श्रद्धा भावना में मनाया गया। इस मौके श्री हरिमंदर साहिब के गुरुद्वारा मंजी साहिब विखे श्री अखंड पाठ साहिब का भोग पाया गया, रागी जथे ने गुरबाणी का इलाही कीर्तन किया। इस दौरान SGPC के मैनेजर ने भगत रविदास जी की जीवनी उन्होंने बाणी से चानना पाया। उधर भगत रविदास जी की जयंती के मौके पर अमृतसर में लंगर का आयोजन किया गया। इस मौके पंजाब BJP के SC मोर्चा के सकत्तर संजीव कुमार ने विशेष तौर पर शिरकत की, संगत को प्रकाश पुरब की बधाई दी। इस मौके BJP के होर आगे भी मौजूद रहे। भाई कन्हैया जी के 301 साल ज्योति जो दिवस को समर्पित ब्रह्म ज्ञानी श्रीमान 108 महंत भाई आया राम जी सेवापंथी जी मिग्याणे वाले का 237वां, ब्रह्म ज्ञानी श्रीमान 108 महंत बाबा साहेब दयाल जी सेवापंथी जी का 98वां, ब्रह्म ज्ञानी श्रीमान 108 महंत हरदर्शन सिंह जी सेवापंथी जी का 68वां, श्रीमान संत बाबा बाबा जी महाराज सेवापंथी रोहतक वाले जी का 26वां, श्रीमान 108 महंत गुरमुख सिंह जी सेवापंथी जी का 27वां, सेवापंथी गुरुद्वारा टिकाणा साहिब पंजाबी बाग 27वां संत समागम ते महान कीर्तन दरबार करवाया गया। पंथ प्रसिद्ध रागी जथिया ने सिख संगत नू इलाही बाणी नाल जोड़िया। इस मौके संत अमृतपाल सिंह जी महंत हरबंस सिंह जी ने आईया संगतां दा धन्नवाद कीता। इस मौके दिल्ली सिख गुरुद्वारा प्रबंधक कमेटी के सबका प्रधान मनजीत सिंह जी के भुपिंदर सिंह सरना, डेली एक्सकलूसिव के एडिटर HS पाल, गुरुद्वारा बंगला साहिब के हैड ग्रंथी रणजीत सिंह, भाई कन्हैया के मुखी महंत करमजीत सिंह, चढ़कला टाइम TV के दिल्ली तो डायरेक्टर अमृतपाल सिंह अते होर धार्मिक ते राजनीतिक जथेबंदियां दे आगू उचे चित जो कीर्तन दे प्रवाह दी लड़ी अमृत वेले तो धन गुरु रामदास साहब जी दी कृपा दे नाल आरंभ हुई। सारा दिन महाराज जी दे धन गुरु किशन साहब जी दे धन गुरु रामदास साहब जी दी कृपा दे नाल संगतां सारा दिन ये दरबार भरिया रहा, संगता कीर्तन क्योंकि काफ़ी लंबा समा है तो महाराज जी दिया बख्शा के नाल समाप्ति वाल असं जा रहे हैं। अज धन भाई कन्हैया साहब जी का 301 ज्योति दिवस के नाल ही ब्रह्म ज्ञानी श्री मानी सुवाग मन भाई आया राम साहब मग्याणे वालियां का 237 मान बाबा साहब दयाल जी 98 संत समागम मान कीर्तन दरबार ते बाबा दर्शन सिंह जी 66वां श्री मान बाबा जी रोहतक वाले महापुरु छविया नाम के रंगी सेवा निधानी परमकारी श्री बाणी सुहाग मान बाबा गुरमुख सिंह जी 57वां संत समागम मान कीर्तन दरबार जो महाराज जी का अलंबिया समाप्ति वाल गुरु महाराज जी ऐसे महापुरख जिन्होंने अज यादा मना रहे हाँ उन्हें केवल सतगुरु जागदी जोत साहिब श्री गुरु ग्रंथ साहिब जी बनिया। यह जो अलौकिक संत समागम गुरुद्वारा श्री टिकाणा भाई आया राम जी पंजाई बाग विखे हो रहा है, मैं समझना कि दिल्ली विच चंद ही ऐसे समागम और प्रोग्राम उलीके जाते हैं जिदे विच निरोल बाणी कीर्तन अते गुरमत नाल जोड़िया जाता है, जिदे विच कोई होर किसी किस्म की गल नहीं होंदी ना ही नज़र आती है। ना दिल्ली की संगतां वास्ते एक ब्लैसिंग एक बख्शिश तो घट नहीं है कि जिते असी कीर्तन का आनंद भी माणने हाँ तो अपने कौम के ऐसे संत समाज नूं भी याद रखने हाँ जिन्हां दे करके उन्हां दे पूर्णिया कारण साढ़े विच इस टाइप की चढ़ती कला और खुशहाली का प्रगटावा होंदा है। गुरुद्वारा सिंह सभा न्यू रणजीत नगर विच गुरुद्वारा साहिब दी कार सेवा शुरू की गई है। इस मौके दिल्ली कमेटी दे सीनियर मीत प्रधान बीबी रणजीत कौर ने विशेष तौर पर शिरकत की अते अरदास उपरंत कार सेवा शुरू कराई। इस मौके न्यू रणजीत नगर इलाके दे दिल्ली कमेटी मैंबर परमजीत सिंह चंडोक ने कार सेवा बारे जानकारी सांझी की।
ਅੱਜ ਗੁਰਦੁਆਰਾ ਸਿੰਘ ਸਭਾ ਰਣਜੀਤ ਨਗਰ ਵਿਖੇ ਸਾਡੇ ਸੀਨੀਅਰ ਮੈਂਬਰ ਸਰਦਾਰ ਪਰਮਜੀਤ ਸਿੰਘ ਚੰਡੋਕ ਜੀ, ਉਹ ਇੱਥੋਂ ਦੇ ਮੈਂਬਰ ਵੀ ਨੇ, ਔਰ ਉਹਨਾਂ ਦੇ ਉਪਰਾਲੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਸੰਗਤਾਂ ਦੇ ਸਹਿਯੋਗ ਨਾਲ ਇੱਥੇ ਡਿਓਡੀ ਸਾਹਿਬ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਗਈ, ਅੱਜ ਪੱਥਰ ਲਗਾਉਣਾ ਔਰ ਨਾਲ ਹੀ ਲੰਗਰ ਹਾਲ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਅਤੇ ਅਸੀਂ ਸਾਰੀਆਂ ਸੰਗਤਾਂ ਨੂੰ ਵਧਾਈ ਵੀ ਦਿੰਦੇ ਹਾਂ ਔਰ ਅਪੀਲ ਵੀ ਕਰਦੇ ਹਾਂ ਕਿ ਵੱਧ ਚੜ ਕੇ ਇੱਥੇ ਕਾਰ ਸੇਵਾ 'ਚ ਹਿੱਸਾ ਪਾਉਣ ਔਰ ਤਨ ਮਨ ਧਨ ਨਾਲ ਸੇਵਾ ਵੀ ਕਰਨ। ਨਿਊ ਰਣਜੀਤ ਨਗਰ ਵਿਖੇ ਜੋ ਡਿਊਟੀ ਦਾ ਪੱਥਰ ਦੀ ਸੇਵਾ ਬਹੁਤ ਦਿਨਾਂ ਤੋਂ ਰੁਕੀ ਹੋਈ ਸੀ ਔਰ ਲੰਗਰ ਹਾਲ ਦੀ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸ਼ੁਰੂ ਹੋ ਰਹੀ ਹੈ। ਅਸੀਂ ਆਪਣੀਆਂ ਚੋਣਾਂ ਦੇ ਵਿੱਚ ਇੱਥੇ ਦੀ ਸੰਗਤ ਨੂੰ ਇੱਕ ਪ੍ਰੋਮਿਸ ਕੀਤਾ ਸੀ ਕਿ ਅਸੀਂ ਇਹ ਜਲਦੀ ਤੋਂ ਜਲਦੀ ਇੱਥੇ ਦੀ ਸੇਵਾ ਕਰਾਵਾਂਗੇ। ਸੋ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ ਖੰਨਾ ਪਰਿਵਾਰ ਨੇ ਪੱਥਰ ਦਿੱਤਾ ਹੈਗਾ ਔਰ ਬਾਕੀ ਜਿਹੜੀ ਸੇਵਾ ਹੈ ਉਹ ਦਾਸ ਵੱਲੋਂ ਵੀ ਕੀਤੀ ਜਾ ਰਹੀ ਹੈ ਜੀ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਸਟਾਫ ਔਰ ਬਿਲਡਿੰਗ ਡਿਪਾਰਟਮੈਂਟ ਇਹਦੀ ਦੇਖ ਰੇਖ ਕਰ ਰਿਹਾ ਹੈਗਾ ਔਰ ਮੈਨੂੰ ਉਮੀਦ ਹੈ ਕਿ ਅਸੀਂ ਵਿਸਾਖੀ ਤੱਕ ਇਹ ਬਾਹਰ ਦੀ ਡਿਊਟੀ ਔਰ ਲੰਗਰ ਹਾਲ ਉਹਨੂੰ ਸੰਗਤ ਦੇ ਲਈ ਚਾਲੂ ਕਰ ਦਿਆਂਗੇ। ਔਰ ਇੱਥੇ ਵੱਡਾ ਗੇਟ ਵੀ ਲੱਗ ਰਿਹਾ ਹੈਗਾ, ਗੇਟ ਦੀ ਸੇਵਾ ਵੀ ਇੱਕ ਉਭਰਾਏ ਪਰਿਵਾਰ ਨੇ ਕੀਤੀ ਹੈ ਜੀ। ਤੋ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਫਿਲਹਾਲ ਖਬਰਾਂ ਦੇ ਇਸ ਬੁਲਟਨ 'ਚ ਨਹੀਂ, ਅਗਲੇ ਬੁਲਟਨ 'ਚ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਾਸ ਖਬਰਾਂ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।